दैनिक सवेरा देख रहे हो तुसीं तां मैं हिम्मत सिंह दिखपाल। जगराओं तो एक वड्डी खबर निकल के सामने आ रही है कि एक नौजवान दे वलो 6 साल के बच्चे दे नाल बदफैली करन दा मामला जिहड़ा सामने आया। तो ज़्यादा गलबात करांगे मिन्ना थाना सिटी जगराओं तो SHO अमृतपाल जी मौजूद ने। अमृतपाल जी कदों ये बंदे का पता लग गया, तो किदा पता लग गया, तो किदा जिहड़ी किसी की गिरफ्तारी हुई है, तो होया की सीगा वाकया? ये कल साढ़े को इनफॉर्मेशन आई सी भी एक बच्चे दे नाल एवें मोलेस्टेशन जां माड़ी हरकत हुई हैगी। एक वो वीडियो सामने आई सी, असीं वो वीडियो तो पहला तो बच्चा जिहड़ा पीड़ित हैगा उन्हूं आइडेंटीफाई किया जी। उदू बाद असीं जाके उहदे जो उहदे बयान सीगे उह असीं कलमबंद किए। बयान ते जिहड़ी FIR नंबर 214 अंडर सैक्शन 4 ऑफ पॉक्सो एक्ट असीं रजिस्टर की, तो फिर असीं साडे SSP साहब श्री नवदीप सिंह बैंस उन्हां दी एबल गाइडेंस दे विच FIR तो बाद एक घंटे दे विच इहनूं असीं जिहड़ा दोषी नूं गिरफ्तार कर लिया जी। दोषी काम की करदा सर? दोषी जो फिलहाल पता लग्या गा इनवेस्टिगेशन दे विच तबला वजाउण दा काम करदा सीगा जी। ਪਹਿਲਾਂ ਵੀ ਇੱਥੇ ਮੁਕਦਮੇ ਦਰਜ ਨੇ? ਨਹੀਂ, ਉਹ ਫਿਲਹਾਲ ਜਿਹੜਾ ਹੈ ਇਨਵੈਸਟੀਗੇਸ਼ਨ ਦੇ ਵਿੱਚ ਇਹੋ ਜਿਹੀ ਕੋਈ ਗੱਲ ਨਹੀਂ ਹੈਗੀ, ਪਹਿਲਾ ਮੁਕਦਮੇ ਇਹਦਾ ਹੈਗਾ ਜੀ। ਉਹ ਬੱਚੇ ਦੀ ਤਬੀਅਤ ਕਿੱਦਾਂ, ਬੱਚਾ ਠੀਕ ਹੈ ਜੀ ਹੁਣ? ਬੱਚਾ ਸੇਫ ਐਂਡ ਸਾਊਂਡ ਆ ਬਿਲਕੁਲ ਜੀ। ਅਸੀਂ ਉਹਦੀ ਜਿਹੜੀ ਸੇਫਟੀ ਉਹ ਇਨਸ਼ੋਰ ਕਰ ਰਹੇ ਹਾਂ, ਸੇਫਟੀ ਅਤੇ ਉਹਦੀ ਪ੍ਰਾਈਵੇਸੀ ਵੀ, ਉਹ ਜਿਹੜਾ ਨਾਮ ਉਹਦਾ ਸਾਰਾ ਗੁਪਤ ਰਹੇ ਜੀ। ਹੁਣ ਤੁਸੀਂ ਰਾਤ ਦਾ ਗ੍ਰਿਫਤਾਰ ਕੀਤਾ ਹੋਇਆ, ਹੁਣ ਤੱਕ ਦੀ ਮੁੱਢਲੀ ਕਾਰਵਾਈ ਦੇ ਵਿੱਚ ਕੀ ਨਿਕਲ ਕੇ ਸਾਹਮਣੇ ਆਇਆ, ਕਿੰਨੀ ਵਾਰੀ ਬੱਚੇ ਨੂੰ ਆਪਣੀ ਹਵਸ ਦਾ ਸ਼ਿਕਾਰ ਹੈ ਬਣਾ ਚੁੱਕਿਆ ਹੈ? ਜਿਹੜਾ ਉਹ ਬੱਚਾ ਸੀਗਾ ਉਹਦੇ ਸਟੇਟਮੈਂਟ ਦੇ ਅਨੁਸਾਰ ਜਿਹੜਾ ਇਹ ਇੰਸੀਡੈਂਟ ਹੈ ਇਹ ਤਕਰੀਬਨ 2 ਸਾਲ ਪੁਰਾਣਾ ਹੈਗਾ ਜੀ। 2 ਸਾਲ ਪੁਰਾਣਾ ਇੰਸੀਡੈਂਟ ਹੈਗਾ, ਅਤੇ ਉਦੋਂ ਇਹਨੇ ਦੀ ਜਿਹੜੀ ਵੀਡੀਓ ਰਿਕਾਰਡਿੰਗ ਕਰ ਲਈ ਸੀਗੀ। ਇਹਨੂੰ ਬੱਚੇ ਨੂੰ ਉਹਨੇ ਡਰਾ ਲਿਆ ਸੀਗਾ ਵੀ ਜੇ ਤੂੰ ਮੈਨੂੰ ਬਾਹਰ ਇਹ ਕਿਸੇ ਨੂੰ ਜਾ ਕੇ ਦੱਸੇਗਾ ਤਾਂ ਮੈਂ ਜਿਹੜਾ ਗਾ ਇਹ ਵੀਡੀਓ ਤੇਰੀ ਵਾਇਰਲ ਕਰ ਦੂੰਗਾ। ਥੋੜ੍ਹਾ ਸਮਾਂ ਪਹਿਲਾਂ ਉਹਨੇ ਫਿਰ ਜਦੋਂ ਬੱਚੇ ਨੂੰ ਕਿਹਾ ਵੀ ਤੂੰ ਮੇਰੇ ਨਾਲ ਇਹੋ ਜਿਹਾ ਗਲਤ ਕੰਮ ਕਰ, ਅਤੇ ਉਹ ਬੱਚੇ ਨੇ ਆਪਣੀ ਮਦਰ ਨੂੰ ਦੱਸਤਾ, ਅਤੇ ਉਹ ਮਦਰ ਵੱਲੋਂ ਜਿਹੜਾ ਸਾਨੂੰ ਅਪਰੋਚ ਕੀਤਾ ਗਿਆ ਜੀ। ਅਸੀਂ ਇਮੀਡੀਏਟਲੀ ਜਿਹੜੀ ਸਖ਼ਤ ਧਰਾਵਾਂ ਦੇ ਤਹਿਤ ਇਹਦੇ ਜਿਹੜਾ ਕਾਰਵਾਈ ਕੀਤੀ ਹੈ ਜੀ। ਹੁਣ ਤੱਕ ਕੋਈ ਬਰਾਮਦਗੀ ਹੋਈ ਹੈ? ਜਿਵੇਂ ਮੋਬਾਈਲ ਫੋਨ ਕਹਿ ਰਹੀ, ਉਹਦੇ ਵਿੱਚੋਂ ਕੋਈ ਵੀਡੀਓ ਹੋਰ ਵੀ ਨਿਕਲ ਕੇ ਸਾਹਮਣੇ ਆਈ ਹੈ, ਹੁਣ ਕੋਈ ਅਜਿਹਾ ਕੁਛ? ਨਹੀਂ, ਇਹਦੀ ਜਿਹੜਾ ਅਰੈਸਟ ਇਹਦੀ ਹੋ ਗਈ ਹੈਗੀ। ਮੋਬਾਈਲ ਫੋਨ ਅਸੀਂ ਰਿਕਵਰ ਕਰਨ ਜਾ ਰਹੇ ਹਾਂ, ਸਾਨੂੰ ਪਤਾ ਲੱਗ ਗਿਆ ਮੋਬਾਈਲ ਇਹਨੇ ਕਿੱਥੇ ਰੱਖੇ ਨੇ ਜੀ। ਉਹ ਮੋਬਾਈਲ ਅਸੀਂ ਫਿਰ ਗਾਹਾਂ ਸਾਈਬਰ ਫੋਰੈਂਸਿਕ ਲਈ ਭੇਜਾਂਗੇ, ਸਾਰਾ ਉਹਦਾ ਡਾਟਾ ਜਿਹੜਾ ਉਹ ਰਿਕਵਰ ਕਰਵਾਵਾਂਗੇ। ਹੁਣ ਤੱਕ ਦੀ ਪੁੱਛ ਕੇ ਦੱਸ ਪਾਇਆ ਵੀ ਕਿਸੇ ਹੋਰ ਬੱਚੇ ਦੇ ਨਾਲ ਵੀ ਜਾਂ ਕਿਸੇ ਹੋਰ ਲੇਡੀ ਨਾਲ ਜਾਂ ਕੁਛ ਇਹੋ ਜਿਹਾ ਕੰਮ ਇਹਨੇ ਕੀਤਾ ਹੋਵੇ? ਫਿਲਹਾਲ ਅਜਿਹੀ ਕੋਈ ਗੱਲ ਨਹੀਂ ਹੈਗੀ, ਬਾਕੀ ਇਹ ਸਾਡੇ ਕੋਲ ਹੁਣ ਪੁਲਿਸ ਰਿਮਾਂਡ 'ਤੇ ਆ ਜੀ, ਅਸੀਂ ਇਹਨੂੰ ਡੀਪਲੀ ਥੋਰੋਲੀ ਇਨਵੈਸਟੀਗੇਟ ਕਰਾਂਗੇ ਜੀ। ਬਾਕੀ ਜਿਹੜਾ ਇਹ ਸਾਡੀ FIR ਇਹ ਅੰਡਰ ਸੈਕਸ਼ਨ 4 ਆਫ ਪੋਕਸੋ ਐਕਟ ਦੇ ਵਿੱਚ ਰਜਿਸਟਰ ਹੋਈ ਹੈਗੀ। ਇਹਦੇ ਤਹਿਤ ਜਿਹੜੀ ਉਮਰ ਕੈਦ ਦੀ ਪ੍ਰੋਵੀਜ਼ਨ ਹੈ, ਜੇ ਦੋਸ਼ੀ ਇਹਦੇ 'ਚ ਦੋਸ਼ ਸਿੱਧ ਹੁੰਦੇ ਨੇ ਤਾਂ ਉਮਰ ਕੈਦ ਹੈ ਇਹਦੇ ਜੀ। ਬਿਲਕੁਲ, ਇਹ ਸਨ SHO ਜਗਰਾਓਂ 18 ਸਿਟੀ ਅੰਮ੍ਰਿਤਪਾਲ ਸਿੰਘ, ਜਿਹਨਾਂ ਨੂੰ ਦੱਸਿਆ ਗਿਆ ਕਿ ਦੋਸ਼ੀ ਦੇ ਖਿਲਾਫ਼ ਜਿਹੜੀ ਕਿ ਸਖ਼ਤ ਹੈ ਕਾਰਵਾਈ ਕੀਤੀ ਗਈ ਹੈ, ਪੋਸਕੋ ਐਕਟ ਦੇ ਤਹਿਤ ਜਿਹੜਾ ਮੁਕੱਦਮਾ ਹੈ ਉਹ ਦਰਜ ਕਰ ਲਿਆ ਗਿਆ। ਕੈਮਰਾ ਪਰਸਨ ਸਲਮਾਨ ਦੇ ਨਾਲ ਹਿੰਮਤ ਸਿੰਘ ਦਿਖਪਾਲ, ਦੈਨਿਕ ਸਵੇਰਾ, ਜਗਰਾਓਂ। ਦੇਸ਼ ਦੁਨੀਆ ਕੀ ਹਰ ਖਬਰ ਸਭਸੇ ਪਹਿਲੇ ਦੇਖਨੇ ਕੇ ਲੀਏ ਫਾਲੋ ਕਰੇ ਦੈਨਿਕ ਸਵੇਰਾ TV, ਯੂਟਿਊਬ, ਫੇਸਬੁੱਕ, ਇੰਸਟਾਗ੍ਰਾਮ, X ਔਰ WhatsApp ਚੈਨਲ ਪਰ।